ਕਹਿੰਦਾ ਜ਼ਿੰਦਗੀ ਉਹ ਚੀਜ਼ ਆ ਜਿਹੜੀ ਤੁਸੀਂ ਕਿਸੇ ਤੋਂ ਉਧਾਰ ਹੀ ਨਹੀਂ ਲੈ ਸਕਦੇ। ਸੋ ਦਿਹਾੜੀ ਵੀ ਆਪਾਂ ਘੰਟਾ ਵੀ ਕਿਸੇ ਤੋਂ ਉਧਾਰਾ ਨਹੀਂ ਲੈ ਸਕਦੇ ਹੈਗੇ। ਜ਼ਿਆਦਾ ਲੋਕਾਂ ਨੇ ਐਡੇ ਲੰਬੇ ਲੰਬੇ ਸਟੇਟਸ ਲਿਖ ਕੇ ਪਾਏ, ਇੰਨੀਆਂ ਚੀਜ਼ਾਂ, ਮਤਲਬ ਹੁਣ ਵੀ ਆ, ਮਤਲਬ ਉਸ ਤੋਂ ਬਾਅਦ ਮੈਨੂੰ ਯਾਦ ਆ ਰਾਣਾ ਭਾਅ ਜੀ ਇੱਕ ਵਾਰੀ ਮੇਰੇ ਕੋਲ ਲੈ ਕੇ ਆਏ, ਪਤਾ ਨਹੀਂ ਕਿੰਨੇ ਹਜ਼ਾਰ ਸਟੇਟਸ ਲੋਕਾਂ ਦਾ ਫੇਸਬੁੱਕਾਂ 'ਤੇ ਪਾਇਆ ਹੋਇਆ ਹਜ਼ਾਰਾਂ 'ਚ। ਅੱਛਾ, ਕਹਿੰਦੇ ਆਪਾਂ ਨਾ ਇਹਦੀ ਇੱਕ ਬੁੱਕ 'ਚ ਪਾਉਂਦੇ ਹਾਂ। ਸੋ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣਾ ਚਾਹੀਦਾ। ਵਾਹਿਗੁਰੂ ਨੇ ਤੁਹਾਨੂੰ ਇੱਕ ਜ਼ਿੰਦਗੀ ਦਿੱਤੀ ਆ, ਆਪਾਂ ਉਹਨੂੰ ਝੋਰਿਆਂ 'ਚ, ਰੋਸਿਆਂ 'ਚ, ਇੱਦਾਂ ਦੀਆਂ ਚੀਜ਼ਾਂ 'ਚ ਨਾ ਕੱਢੀਏ। ਚੀਜ਼ ਪੇ ਇੰਪੋਰਟੈਂਟ ਚੀਜ਼ ਹੈ ਤਾਂ ਉਹਨੂੰ ਜੀਓ ਨਾ, ਉਹਨੂੰ ਜੀਓ। ਸੋ ਉਹਨੂੰ ਐਵੇਂ ਹੀ ਆਪਾਂ ਨੈਗੇਟਿਵਿਟੀ ਦੇ ਵਿੱਚ, ਮੈਂ ਕਹੀ ਜਾਵਾਂ ਯਾਰ ਫਲਾਣੇ ਦੀ ਫਿਲਮ ਨਹੀਂ ਵਧੀਆ, ਉਹਦੇ 'ਚ ਇੱਕ ਚੀਜ਼ 'ਚ ਕਿਉਂ ਮੈਂ ਖਰਾਬ ਕਰਾਂ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਕਹਿੰਦੇ ਨਾ ਸਿਨੇਮਾ ਸਮਾਜ ਤੋਂ ਪ੍ਰਭਾਵਿਤ ਹੁੰਦਾ ਤੇ ਸਮਾਜ ਸਿਨੇਮੇ ਤੋਂ ਪ੍ਰਭਾਵਿਤ ਹੁੰਦਾ। ਜਦੋਂ ਅਰਦਾਸ ਫਿਲਮ ਬਣ ਗਈ ਸੀਗੀ, ਉਸ ਤੋਂ ਬਾਅਦ ਕੁਝ ਨਾ ਕੁਝ ਤੁਹਾਡੇ ਕੋਲ ਅਨੁਭਵ ਤਜਰਬੇ ਲੋਕਾਂ ਨੇ ਦੱਸੇ ਹੋਣੇ ਵੀ ਹਾਂ ਮੈਂ ਤੁਹਾਡੀ ਫਿਲਮ ਨੂੰ ਦੇਖ ਕੇ ਮੈਂ ਇਹ ਕੁਝ ਆਪਣੇ 'ਚ ਬਦਲਾਵ ਲੈ ਕੇ ਆਇਆ, ਕੋਈ ਵਾਕਿਆ ਤੁਹਾਡੇ ਨਾਲ ਸਾਡੇ ਨਾਲ ਸਾਂਝਾ ਕਰਿਓ। ਦੇਖੋ ਇਦਾਂ ਦੇ ਵਾਕਿਆ ਮੇਰੇ ਲਈ ਤਾਂ ਸਿਰਫ ਅਰਦਾਸ ਫਿਲਮ ਦੇ ਹੋਏ ਸੀਗੇ। ਹਾਂਜੀ, ਸੋ ਮੈਨੂੰ ਯਾਦ ਆ ਕਿ ਲੋਕਾਂ ਨੇ ਐਡੇ ਲੰਬੇ ਲੰਬੇ ਸਟੇਟਸ ਲਿਖ ਕੇ ਪਾਏ, ਇੰਨੀਆਂ ਚੀਜ਼ਾਂ, ਮਤਲਬ ਹੁਣ ਵੀ ਆ, ਮਤਲਬ ਉਸ ਤੋਂ ਬਾਅਦ ਮੈਨੂੰ ਯਾਦ ਆ ਰਾਣਾ ਭਾਅ ਜੀ ਇੱਕ ਵਾਰੀ ਮੇਰੇ ਕੋਲ ਲੈ ਕੇ ਆਏ, ਪਤਾ ਨਹੀਂ ਕਿੰਨੇ ਹਜ਼ਾਰ ਸਟੇਟਸ ਲੋਕਾਂ ਦਾ ਫੇਸਬੁੱਕਾਂ 'ਤੇ ਪਾਇਆ ਹੋਇਆ ਹਜ਼ਾਰਾਂ 'ਚ। ਅੱਛਾ, ਕਹਿੰਦੇ ਆਪਾਂ ਨਾ ਇਹਦੀ ਇੱਕ ਬੁੱਕ 'ਚ ਪਾਉਂਦੇ ਹਾਂ, ਅਤੇ ਮੈਂ ਬੜਾ ਉਸ ਚੀਜ਼ 'ਚ ਐਗਰੀ ਨਹੀਂ ਸੀ ਕਰਦਾ ਨਾ, ਮੈਂ ਕਿਹਾ ਨਹੀਂ ਨਹੀਂ, ਮੈਂ ਕਿਹਾ ਲੋਕਾਂ ਨੇ ਪਿਆਰ ਦਿੱਤਾ, ਸਭ ਨੂੰ ਪਤਾ ਔਰ ਫਿਲਮ ਪਸੰਦ ਕੀਤੀ ਆ ਲੋਕਾਂ ਨੇ, ਬਸ ਠੀਕ ਹੈ, ਹੈ ਨਾ। ਅਤੇ ਉਹ ਕਹਿੰਦੇ ਕਹਿੰਦੇ ਵੀ ਇੰਨਾ ਕੁਛ, ਕਹਿੰਦੇ ਵੀ ਮੈਂ ਪੜ੍ਹ ਪੜ੍ਹ ਕੇ ਇਹਨੂੰ ਰੋਂਦਾ ਰਹਿੰਦਾ ਵਾਂ, ਹੈ ਨਾ, ਕਿ ਯਾਰ ਵੀ, ਕਿਉਂਕਿ ਦੇਖੋ ਕੰਮ ਤੁਸੀਂ ਚੰਗਾ ਬੁਰਾ ਹਰ ਕਰਦਾ ਰਹਿੰਦੇ ਹੋ, ਫਿਲਮਾਂ ਚੱਲਦੀਆਂ, ਫਿਲਮਾਂ ਉੜ ਜਾਂਦੀਆਂ, ਫਿਲਮਾਂ ਆਉਂਦੀਆਂ, ਸੁਪਰ ਹਿੱਟ ਹੋ ਜਾਂਦੀਆਂ ਨੇ। ਸਾਡੀਆਂ ਵੀ ਬਹੁਤ ਫਿਲਮਾਂ ਸੁਪਰ ਹਿੱਟ ਨੇ, ਪਰ ਸੁਪਰ ਹਿੱਟ ਹੋਣ ਤੋਂ ਬਾਅਦ ਵੀ ਕਈ ਵਾਰੀ ਅਸੀਂ ਉਹ ਫਿਲਮਾਂ ਦਾ ਬਹੁਤਾ ਜ਼ਿਕਰ ਨਹੀਂ ਕਰੀਦਾ ਹੈਗਾ, ਕਿ ਯਾਰ ਠੀਕ ਹੈ ਕਿ ਫਿਲਮ ਚੱਲ ਗਈ, ਇੱਕ ਵੱਖਰੀ ਗੱਲ ਹੈ, ਪਰ ਫਿਲਮ ਓਕੇ ਹੀ ਸੀਗੀ, ਹੈ ਨਾ। ਕੁਛ ਕੁ ਫਿਲਮਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਜਿਹੜੀਆਂ ਤੁਹਾਨੂੰ ਬਹੁਤ ਇੱਕ ਅਲੱਗ ਲੈਵਲ 'ਤੇ ਲੈ ਜਾਂਦੀਆਂ ਨੇ ਅਲੱਗ ਜਗ੍ਹਾ 'ਤੇ। ਮਤਲਬ ਮੈਨੂੰ ਯਾਦ ਆ, ਮੈਨੂੰ ਬੜੀ ਖੁਸ਼ੀ ਹੁੰਦੀ ਘੁੱਗੀ ਭਾਅ ਜੀ ਜਦੋਂ ਕਈ ਵਾਰੀ ਉਸ ਤੋਂ ਬਾਅਦ ਬਾਹਰ ਬੂਹਰ ਜਾਂਦੇ ਸੀ ਜਾਂ ਕਿਤੇ ਜਾਂਦੇ ਸੀ, ਤਾਂ ਲੋਕ ਬਾਹਰਲੇ ਕੈਨੇਡਾ ਅਮਰੀਕਾ 'ਚ ਕਈ ਬੰਦੇ ਆ ਕੇ ਇਹਨਾਂ ਦੇ ਗੋਡੀ ਹੱਥ ਲਾਉਂਦੇ ਸੀ। ਅੱਛਾ, ਠੀਕ ਹੈ, ਸਿਆਣੇ ਪਿਆਣੇ ਲੋਕ, ਹੈ ਨਾ। ਸੋ ਮੈਨੂੰ ਇਹਨਾਂ ਨੂੰ ਬੜਾ ਐਂ ਲੱਗਣਾ, ਇਹਨਾਂ ਨੇ ਭੱਜ ਕੇ ਰੋਕਣਾ ਵੀ ਨਹੀਂ ਨਹੀਂ ਜੀ ਵੀ ਕੀ, ਹੈ ਨਾ। ਹਾਂਜੀ, ਉਹ ਮੈਨੂੰ ਮੈਨੂੰ ਉਹ ਫੀਲਿੰਗ ਆਉਂਦੀ ਸੀ ਕਿ ਯਾਰ ਇਹਨਾਂ ਨੂੰ ਗੁਰਪ੍ਰੀਤ ਘੁੱਗੀ ਦੇ ਪੈਰੀ ਹੱਥ ਨਹੀਂ, ਮਤਲਬ ਇਹ ਮਾਸਟਰ ਗੁਰਮੁਖ ਸਿੰਘ ਦੇ ਪੈਰੀ ਹੱਥ ਲਾ ਰਹੇ ਹਨ। ਯੰਗਸਟਰ ਬੱਚੇ ਸੀ ਉਹਨਾਂ ਦੀ ਆਪਾਂ ਗੱਲ ਕਰਦੇ, ਉਹ ਆ ਕੇ ਇੰਨਾ ਅਦਬ ਦੇਣ ਲੱਗ ਪਏ, ਸਾਨੂੰ ਲੱਗਦਾ ਸੀ ਕਿ ਫਿਲਮਾਂ ਦੇਖਦੇ ਵੀ ਨਹੀਂ ਹੋਣੇ ਪੰਜਾਬੀ। ਔਰ ਜਿੱਦਾਂ ਤੁਸੀਂ ਗੱਲ ਕੀਤੀ ਨਾ ਬ੍ਰਦਰ, ਮੈਂ ਖੁਦ ਕਹਿ ਸਕਦਾ ਕਿ ਮੈਂ ਜੇ ਸਾਰੇ ਵਟਸਐਪ, ਫੇਸਬੁੱਕ ਤੇ ਇਹ ਸਾਰੇ, ਮੇਰੇ ਕੋਲ ਹਜ਼ਾਰਾਂ 'ਚ ਮੈਸੇਜਸ ਹੋਣਗੇ। ਅੱਛਾ, ਔਰ ਉਹਦੇ 'ਚ ਮਤਲਬ ਕਿੰਨੇ ਮੈਸੇਜਸ ਹੋਣਗੇ ਜਿਹਦੇ 'ਚ ਬੰਦੇ ਨੇ ਕਿਹਾ ਕਿ ਮੇਰੀ ਖਾਨਦਾਨ ਨੇ ਜ਼ੋਰ ਲਾ ਰਿਹਾ, ਮੇਰੇ ਕੋਲ ਸ਼ਰਾਬ ਕੋਈ ਨਹੀਂ ਚੜਾ ਸਕਿਆ, ਪਰ ਤੁਹਾਡੀ ਫਿਲਮ ਦੇਖਣ ਤੋਂ ਬਾਅਦ ਕੋਈ ਲਿਖਦਾ ਕਿ ਅੱਜ ਮੈਨੂੰ ਡੇਢ ਮਹੀਨਾ ਹੋ ਗਿਆ, ਕੋਈ ਕਹਿੰਦਾ ਮੈਨੂੰ 12 ਦਿਨ ਹੋ ਗਏ ਕਿ ਮੈਂ ਇਸ ਚੀਜ਼, ਗੰਦੀ ਚੀਜ਼ ਨੂੰ ਹੱਥ ਨਹੀਂ ਲਾਇਆ। ਅੱਛਾ, ਸਭ ਤੋਂ ਜਿਹੜਾ ਇਮੋਸ਼ਨਲ ਮੈਸੇਜ ਸੀ ਮੇਰੇ ਲਈ ਇੱਕ ਬੰਦੇ ਦਾ, ਮੈਨੂੰ ਕੀ ਕਹਿੰਦਾ, ਮੇਰੀ ਕਹਿੰਦਾ ਜਦੋਂ ਬੇਟੀ ਹੋਈ ਨਾ, ਕਹਿੰਦਾ ਡੇ 1 ਤੋਂ ਕਹਿੰਦਾ ਮੇਰਾ ਕੋਈ ਝੁਕਾਵ ਨਹੀਂ ਸੀ ਮੈਨੂੰ, ਸੀ ਮੇਰੇ ਘਰ ਬੇਟੀ ਕਿਉਂ ਹੋ ਗਈ, ਕਹਿੰਦਾ ਪਿਛਲੇ 1.5-2 ਸਾਲ ਤੋਂ ਮੈਂ ਉਹਦੇ ਵੱਲ ਦੇਖਿਆ ਹੀ ਨਹੀਂ ਸੀ। ਆ ਫਿਲਮ ਦੇਖਣ ਤੋਂ ਬਾਅਦ ਮੈਂ ਪਹਿਲੀ ਵਾਰੀ ਆਪਣੀ ਬੇਟੀ ਨੂੰ ਚੁੱਕਿਆ, ਆਪਣੇ ਨਾਲ ਲਾਇਆ, ਕਹਿੰਦਾ ਮੈਂ, ਔਰ ਅੱਜ ਕਹਿੰਦਾ ਮੈਂ ਉਹ ਦੁਨੀਆ ਦੇ ਵਿੱਚ ਆਪਣਿਆਂ ਨੂੰ ਫੀਲ ਕਰ ਰਿਹਾ ਕਿ ਮੈਂ ਧਰਤੀ 'ਤੇ ਹੁਣ ਆਇਆ, ਕਹਿੰਦਾ ਹੁਣ ਮੇਰਾ ਮੇਰੀ ਬੇਟੀ ਮੇਰੇ ਕੁੱਛੜੋਂ ਨਹੀਂ ਉਤਰਦੀ, ਮੈਂ ਉਹਨੂੰ ਥੱਲੇ ਹੀ ਨਹੀਂ ਲਾਉਂਦਾ, ਕਹਿੰਦਾ ਇੰਨਾ ਇੱਦਾਂ ਦੇ। ਕੋਈ ਕਹਿੰਦਾ ਮੈਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਲੱਗ ਪਿਆ, ਇਸ ਤੋਂ ਬਾਅਦ ਮੈਨੂੰ ਅਕਲ ਆ ਗਈ ਵੱਡੇ ਕੀ ਹੁੰਦੇ ਨੇ, ਕੋਈ ਕਹਿੰਦਾ ਮੈਂ ਹੁਣ ਆ ਛੱਡ ਦਿੱਤੀ ਹੈ, ਨਿਰਾਸ਼ਾ ਛੱਡ ਦਿੱਤੀ, ਹੁਣ ਮੈਂ ਜੀਣਾ ਸਿੱਖ ਲਿਆ, ਕੋਈ ਕਹਿੰਦਾ ਮੈਂ ਖੁਦਕੁਸ਼ੀ ਕਰਨ ਦਾ ਪ੍ਰੋਗਰਾਮ ਬਣਾ ਰਿਹਾ ਸੀ, ਮੈਂ ਛੱਡਤਾ, ਹੁਣ ਮੈਂ ਜੀ ਕੇ ਦਿਖਾਉਣਾ, ਮੈਂ ਇੱਕ ਦਿਨ ਕਾਮਯਾਬ ਹੋ ਕੇ ਦਿਖਾਉਣਾ, ਹਜ਼ਾਰਾਂ ਮੈਸੇਜਸ ਇੱਦਾਂ ਦੇ। ਅੱਛਾ, ਹਾਂਜੀ। ਸੋ ਜਦੋਂ ਇਹੋ ਜਿਹੇ ਮੈਸੇਜ ਆਉਂਦੇ ਨੇ ਤਾਂ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਵੀ ਮੈਂ ਇਸ ਫਿਲਮ ਦਾ ਪਾਰਟ ਬਣਿਆ ਜਾਂ ਇਸ ਫਿਲਮ ਨਾਲ ਜੁੜਿਆ। ਅਤੇ ਇੱਕ ਨਾ ਮੈਂ ਇੱਕ ਗੱਲ ਹੋਰ ਇੱਥੇ ਕਰਨੀ ਚਾਹੁੰਦਾ, ਮੈਂ ਨਾ ਇੱਕ ਵਾਰੀ ਨਾ ਪੰਕਜ ਤ੍ਰਿਪਾਠੀ ਆ ਬੋਲੀਵੁੱਡ ਐਕਟਰ, ਉਹਨਾਂ ਦਾ ਇੰਟਰਵਿਊ ਸੁਣ ਰਿਹਾ ਸੀਗਾ, ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕੀਤੀ, ਕਹਿੰਦੇ ਵੀ ਜਿਹੜਾ ਆਰਟਿਸਟ ਹੁੰਦਾ ਨਾ ਉਹ ਕੋਔਥਰ ਹੁੰਦਾ, ਲਿਖਣ ਵਾਲੇ ਨੇ ਲਿਖ ਦਿੰਦਾ ਪਰ ਉਸ ਲਿਖੇ ਹੋਏ ਡਾਇਲੋਗ ਦੇ ਵਿੱਚ ਜਾਣ ਪਾਣੀ ਉਹ ਆਰਟਿਸਟ ਦਾ ਕੰਮ ਹੁੰਦਾ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਐਗਰੀ ਕਰਦੇ ਹੋ? ਬਿਲਕੁਲ ਜੀ, ਆਰਟਿਸਟ ਦਾ ਕੰਮ ਹੀ ਇਹੀ ਹੈ, ਆਰਟਿਸਟ ਕੋਈ ਅਹਿਸਾਨ ਨਹੀਂ ਕਰਦਾ। ਜੇ ਆਰਟਿਸਟ ਇਹ ਨਹੀਂ ਕਰ ਰਿਹਾ ਨਾ, ਫਿਰ ਉਹ ਆਪਣੇ ਰਾਈਟਰ ਨਾਲ, ਆਪਣੇ ਡਾਇਰੈਕਟਰ ਨਾਲ ਧੋਖਾ ਕਰ ਰਿਹਾ। ਉਹਨੂੰ ਫਿਲਮ 'ਚ ਸਾਈਨ ਹੀ ਤਾਂ ਕੀਤਾ ਗਿਆ ਕਿ ਆਹ ਇੱਕ ਫਰੇਮ ਹੈ ਐਕਟਰ ਦਾ, ਆਹ ਇੱਕ ਕਿਰਦਾਰ ਦਾ ਫਰੇਮ ਹੈ, ਇਹਦੇ 'ਚ ਉੱਤਰ ਜਾ, ਤੂੰ ਇਹਦੇ 'ਚ ਫਿੱਟ ਹੋ ਕੇ ਕੰਮ ਕਰ। ਜੇ ਉਹ ਕਰ ਪਾਉਂਦਾ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਉਹਦੀ, ਪਰ ਜੇ ਨਹੀਂ ਕਰ ਪਾਉਂਦਾ ਫਿਰ ਬਹੁਤ ਮਾੜੀ ਗੱਲ ਉਹਦੇ ਵਾਸਤੇ। ਜਾਂ ਤਾਂ ਦੱਸ ਦੇਵੇ ਕਿ ਮੈਂ ਇਹ ਕਰੈਕਟਰ ਦੇ ਲਾਇਕ ਨਹੀਂ,
ਜਾਂ ਮੈਨੂੰ ਇਹ ਕਰੈਕਟਰ ਨਹੀਂ ਸਮਝ ਆਇਆ, ਜੇ ਉਹਨੂੰ ਲੈ ਲਿਆ ਗਿਆ ਫਿਰ ਉਹਨੂੰ ਉਹ ਕਰਨਾ ਪਏਗਾ। ਦੇਖੋ ਜਿਵੇਂ ਆਪਾਂ ਅਰਦਾਸ ਦੀ ਗੱਲ ਕਰਦੇ ਹਾਂ, ਮੈਂ ਜਿਵੇਂ ਪਹਿਲਾਂ ਕਿਹਾ ਕਿ ਬਾਹਰ ਜਦੋਂ ਜਾਣ ਲੱਗ ਗਏ ਤਾਂ ਬੱਚੇ ਭੱਜ ਕੇ ਆਉਂਦੇ ਸੀ ਘੁੱਗੀ ਭਾਜੀ ਕੋ ਜਾਂ ਹੋਰ ਵੀ, ਮਤਲਬ ਬੱਚੇ ਵੀ ਈਵਨ ਸੀਨੀਅਰ ਲੋਕ ਵੀ ਬਹੁਤ ਜ਼ਿਆਦਾ ਮੈਂ ਦੇਖੇ ਜਿਹੜੇ ਆ ਕੇ ਫਟਾਫਟ ਅਰਦਾਸ ਕਰਕੇ ਇਹਨਾਂ ਕੋਲ, ਉਹਨਾਂ ਨੂੰ ਇਹਨਾਂ ਦੇ ਵਿੱਚ ਮਾਸਟਰ ਗੁਰਮੁਖ ਸਿੰਘ ਦਿਖਦਾ ਸੀ ਬਿਲਕੁਲ, ਮਤਲਬ ਉਹ ਭੁੱਲ ਜਾਂਦੇ ਸੀਗੇ, ਉਹਨਾਂ ਨੂੰ ਬਸ ਉਹ ਚੀਜ਼ ਯਾਦ ਰਹਿੰਦੀ ਸੀ। ਜਦੋਂ ਉਹ ਚੀਜ਼ ਯਾਦ ਰਹਿੰਦੀ ਆ, ਇਹਦਾ ਮਤਲਬ ਇਹ ਆ ਕਿ ਉਹ ਆਰਟਿਸਟ ਨੇ ਜੋ ਡਿਲੀਵਰ ਕਰਨਾ ਸੀ ਨਾ ਉਹਨੇ ਬੜਾ ਰਾਈਟ ਡਿਲੀਵਰ ਕੀਤਾ। ਇਹਦਾ ਮਤਲਬ ਉਹ ਐਕਟਰ ਹਿੱਟ ਨਹੀਂ, ਉਹ ਕੈਰੈਕਟਰ ਹਿੱਟ ਹੋ ਗਿਆ। ਉਹ ਕੈਰੈਕਟਰ ਜਦੋਂ ਤੁਹਾਨੂੰ ਕੈਰੈਕਟਰ ਤੋਂ ਬੁਲਾਇਆ ਜਾਵੇ, ਜਦੋਂ ਕੈਰੈਕਟਰ ਤੋਂ ਯਾਦ, ਉਹ ਕੈਰੈਕਟਰ ਹਿੱਟ ਹੈ, ਲੋਕ ਉਸ ਕੈਰੈਕਟਰ ਨੂੰ ਅਦਬ ਦੇ ਰਹੇ ਨੇ, ਉਸ ਕੈਰੈਕਟਰ ਨੂੰ ਮਿਲ ਰਹੇ ਨੇ, ਉਸ ਕੈਰੈਕਟਰ ਨੂੰ ਐਪਰੀਸ਼ੀਏਟ ਕਰ ਰਹੇ ਨੇ। ਬਿਲਕੁਲ ਬਿਲਕੁਲ। ਅਤੇ ਗਿੱਪੀ ਗਰੇਵਾਲ ਜੀ, ਇੱਕ ਵਾਰੀ ਨਾ ਪੰਜਾਬੀ ਸਿਨੇਮਾ ਦੇ ਵਿੱਚ ਤੁਸੀਂ ਇੱਕ ਇਹ ਨਵੀਂ ਚੀਜ਼ ਕਰਨ ਲੱਗੇ ਹੋ ਕਿ ਜਿਹੜਾ ਟ੍ਰੇਲਰ ਹੈ ਉਹ 4 ਐਪੀਸੋਡ 4 ਚੈਪਟਰ ਦੇ ਵਿੱਚ ਆ ਰਿਹਾ, ਅਤੇ ਉਹ ਕਹਾਣੀ ਕੀ ਆ, ਉਹ ਕਹਾਣੀ ਸਮਝਾਓ ਤੁਹਾਨੂੰ। ਦੇਖੋ ਸਾਡੀ ਫਿਲਮ, ਜੇ ਪੁਰਾਣੀ ਫਿਲਮ ਸੀ, ਬੜੀਆਂ ਕੰਪਲੀਕੇਟਡ ਕਹਾਣੀਆਂ ਸੀਗੀਆਂ, ਉਹਦੇ 'ਚ ਕਿੰਨੀਆਂ ਹੀ ਕਹਾਣੀਆਂ ਸੀਗੀਆਂ। ਹਾਂਜੀ, ਇਹਦੇ 'ਚ ਵੀ ਬਹੁਤ ਕਹਾਣੀਆਂ ਨੇ। ਹਾਂਜੀ ਹਾਂਜੀ। ਸੋ ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਟ੍ਰੇਲਰ ਦੇ ਵਿੱਚ ਉਹਨਾਂ ਨੂੰ ਕਿਵੇਂ ਦਿਖਾਵਾਂ, ਕਿਵੇਂ ਜਸਟੀਫਾਈ ਕਰਾਂ, ਫਿਰ ਮੈਨੂੰ ਮਤਲਬ ਉਹ ਚੀਜ਼ ਫਿੱਟ ਜੀ ਨਹੀਂ ਸੀ ਬਹਿੰਦੀ। ਸੋ ਮੈਨੂੰ ਇੱਦਾਂ ਲੱਗਿਆ ਕਿ ਯਾਰ ਜੇ ਮੈਂ ਲੋਕਾਂ ਨੂੰ ਇੱਕ ਚੈਪਟਰਾਂ ਦੇ ਅਕੋਰਡਿੰਗ ਚੀਜ਼ਾਂ ਦਿਖਾਊਂਗਾ, ਮੈਂ ਪਹਿਲੇ ਚੈਪਟਰ 'ਚ ਅਸੀਂ ਦਿਖਾ ਰਹੇ ਹਾਂ ਕਿ ਫਿਲਮ ਦੀ ਲੁੱਕ ਕਿੱਦਾਂ ਦੀ ਹੈ, ਫਿਲਮ ਦਾ ਮਾਹੌਲ ਕਿੱਦਾਂ ਦਾ ਵਾ, ਕਿਸ ਲੈਵਲ 'ਤੇ ਫਿਲਮ ਸ਼ੂਟ ਕੀਤੀ ਗਈ ਹੈ, ਫੀਲ ਕਿੱਦਾਂ ਦੀ ਹੋਊਗੀ, ਇਹਦੇ 'ਚ ਗੱਲਬਾਤ ਕਿੱਦਾਂ ਦੀ ਹੋਊਗੀ, ਇੰਨਾ ਕੁ ਤੁਹਾਨੂੰ ਪਤਾ ਲੱਗ ਜੂ, ਪਰ ਕਹਾਣੀਆਂ ਨਹੀਂ ਪਤਾ ਲੱਗਣਗੀਆਂ ਕਿ ਕੀ ਹੋਣਗੀਆਂ, ਕਰੈਕਟਰ ਕਿੱਦਾਂ ਦੇ ਹੋਣਗੇ, ਉਹਨਾਂ ਦੀ ਮਤਲਬ ਉਹਨਾਂ ਦੀ ਸਿਚੁਏਸ਼ਨ ਨਹੀਂ ਤੁਹਾਨੂੰ ਪਤਾ ਲੱਗੂਗੀ, ਫਿਰ ਹੌਲੀ ਹੌਲੀ ਅਗਲੇ ਚੈਪਟਰ ਦੇ ਵਿੱਚ ਇੱਕ ਦੋ ਕਰੈਕਟਰਾਂ ਦਾ ਦੱਸੂਗਾ, ਫਿਰ ਅਗਲੇ 'ਚ ਦੱਸੂਗਾ, ਮਤਲਬ ਤੁਹਾਨੂੰ ਮਾਹੌਲ ਉਵੇਂ ਮਿਲੂਗਾ, ਜਿਹੜੀ ਕਈ ਵਾਰੀ ਚੀਜ਼ ਤੁਹਾਨੂੰ ਇੱਕ ਟ੍ਰੇਲਰ 'ਚ ਮਿਲ ਜਾਂਦੀ ਆ, ਇਹਦੇ 'ਚ ਉਹੀ 3-4 ਮਿਲੂਗੀ। ਅੱਛਾ, ਅਤੇ ਜਦੋਂ ਇਸ ਕਹਾਣੀ ਦੀ ਇਸ ਫਿਲਮ ਦੀ ਕਹਾਣੀ ਦੇ ਵਿਸ਼ਾ ਦੀ ਗੱਲ ਕਰ ਲੈਂਦੇ ਹਾਂ, ਤਾਂ ਕਿਹੜੇ ਨਵੇਂ ਵਿਸ਼ੇ ਹੋਣਗੇ ਜਿਹੜੇ ਅੱਜ ਤੱਕ ਪੰਜਾਬੀ ਸਿਨੇਮਾ ਦੇ ਵਿੱਚ ਨਹੀਂ ਆਏ ਅਤੇ ਤੁਸੀਂ ਉਹ ਲੈ ਕੇ ਆ ਰਹੇ ਹੋ? ਦੇਖੋ ਮੈਂ ਜ਼ਿਆਦਾ ਇਸ ਚੀਜ਼ ਦੇ ਬਹੁਤੀ ਡਿਟੇਲ 'ਚ ਜਾਣਾ ਨਹੀਂ ਚਾਹੁੰਦਾ। ਕਹਾਣੀ ਮੈਂ ਇੰਨਾ ਕੁ ਦੱਸ ਦਿੰਦਾ ਵੀ ਇੱਕ ਤਾਂ ਜਨਰੇਸ਼ਨ ਗੈਪ ਦੀ ਕਹਾਣੀ ਹੈ। ਅੱਛਾ, ਠੀਕ ਹੈ ਜੀ। ਕਿਉਂਕਿ ਅਕਸਰ ਤੌਰ ਦੇ ਉੱਤੇ ਕਹਿੰਦੇ ਆ ਕਿ ਬੰਦੇ ਨੂੰ ਜਦੋਂ ਬੰਦਾ ਜਵਾਨ ਹੁੰਦਾ ਨਾ, ਉਹਨੂੰ ਉਦੋਂ ਲੱਗਦਾ ਰਹਿੰਦਾ ਕਿ ਮੇਰਾ ਬਾਪੂ ਆ ਨਾ ਜੋ ਕਹਿ ਰਿਹਾ ਉਹ ਠੀਕ ਨਹੀਂ ਕਹਿ ਰਿਹਾ। ਬਿਲਕੁਲ। ਜਦ ਤੱਕ ਉਹਨੂੰ ਇਹ ਪਤਾ ਲੱਗਣ ਲੱਗਦਾ ਕਿ ਮੇਰਾ ਬਾਪੂ ਠੀਕ ਕਹਿ ਰਿਹਾ ਸੀ, ਤਾਂ ਉਹਦਾ ਪੁੱਤ ਜਵਾਨ ਹੋ ਜਾਂਦਾ। ਉਹਦਾ ਪੁੱਤ ਉਹਨੂੰ ਇਹ ਗੱਲ ਕਹਿਣ ਲੱਗ ਜਾਂਦਾ ਕਿ ਪਾਪਾ ਤੂੰ ਠੀਕ ਨਹੀਂ ਹੈਗਾ, ਹੈ ਨਾ। ਸੋ ਇਹ ਇੱਕ ਜਨਰੇਸ਼ਨ ਗੈਪ ਹੈ। ਪੁੱਤ ਵੀ ਠੀਕ ਹੁੰਦਾ, ਪਿਓ ਵੀ ਠੀਕ ਹੁੰਦਾ, ਪਰ ਪਿਓ ਪੁੱਤ ਵਾਲੀ ਅੱਖ 'ਚ ਨਹੀਂ ਦੇਖਦਾ, ਪੁੱਤ ਪਿਓ ਵਾਲੀ ਅੱਖ 'ਚ ਨਹੀਂ ਦੇਖਦਾ ਹੈਗਾ, ਹੈ ਨਾ। ਸੋ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣਾ ਚਾਹੀਦਾ। ਵਾਹਿਗੁਰੂ ਨੇ ਤੁਹਾਨੂੰ ਇੱਕ ਜ਼ਿੰਦਗੀ ਦਿੱਤੀ ਹੈ, ਆਪਾਂ ਉਹਨੂੰ ਝੋਰਿਆਂ 'ਚ, ਰੋਸਿਆਂ 'ਚ, ਇੱਦਾਂ ਦੀਆਂ ਚੀਜ਼ਾਂ 'ਚ ਨਾ ਕੱਢੀਏ। ਘੁੱਗੀ ਭਾਈ ਦਾ ਇੱਕ ਡਾਇਲੋਗ ਆ ਫਿਲਮ 'ਚ, ਮੈਨੂੰ ਬਹੁਤ ਪਸੰਦ ਆ, ਕਹਿੰਦਾ ਜ਼ਿੰਦਗੀ ਉਹ ਚੀਜ਼ ਆ ਜਿਹੜੀ ਤੁਸੀਂ ਕਿਸੇ ਤੋਂ ਉਧਾਰ ਹੀ ਨਹੀਂ ਲੈ ਸਕਦੇ। ਸੋ ਦਿਹਾੜੀ ਵੀ ਆਪਾਂ, ਘੰਟਾ ਵੀ ਕਿਸੇ ਤੋਂ ਉਧਾਰਾ ਨਹੀਂ ਲੈ ਸਕਦੇ ਹੈਗੇ। ਮੇਰੀ ਜਿੰਨੀ ਮਰਜ਼ੀ ਦੋਸਤੀ ਹੈ ਇਹਨਾਂ ਨਾਲ, ਮੈਂ ਕਹਿੰਦਾ ਭਾਜੀ ਮੈਨੂੰ ਅੱਧਾ ਮਿੰਟ ਦੇ ਦਿਓ ਆਪਦੀ ਜ਼ਿੰਦਗੀ 'ਚ, ਉਹ ਨਹੀਂ ਮਿਲ ਸਕਦਾ, ਆਪਣੇ ਧੀ ਪੁੱਤ ਨੂੰ ਨਹੀਂ ਦਿੱਤੇ ਜਾ ਸਕਦੇ। ਸੋ ਜਦੋਂ ਉਹ ਇੰਨੀ ਇੰਪੋਰਟੈਂਟ ਚੀਜ਼ ਹੈ, ਸੋ ਉਹਨੇ ਵੀ ਸੋਚ ਕੇ ਕੋਈ ਇਹ ਚੀਜ਼ ਭੇਜੀ ਆ, ਇੰਨੀ ਇੰਪੋਰਟੈਂਟ ਚੀਜ਼ ਹੈ ਤਾਂ ਉਹਨੂੰ ਜੀਓ ਨਾ, ਉਹਨੂੰ ਜੀਓ। ਸੋ ਉਹਨੂੰ ਐਵੇਂ ਹੀ ਆਪਾਂ ਨੈਗੇਟਿਵਿਟੀ ਦੇ ਵਿੱਚ, ਮੈਂ ਕਹੀ ਜਾਵਾਂ ਯਾਰ ਫਲਾਣੇ ਦੀ ਫਿਲਮ ਨਹੀਂ ਵਧੀਆ, ਉਹਦੇ 'ਚ ਇੱਕ ਚੀਜ਼ 'ਚ ਕਿਉਂ ਮੈਂ ਖਰਾਬ ਕਰਾਂ, ਮੈਂ ਚੰਗਾ ਸੋਚਾਂ, ਚੰਗਾ ਕਰਾਂ। ਸੋ ਇਹ ਆ ਅਰਦਾਸ ਕਰਾਂ। ਸੋ ਜ਼ਿੰਦਗੀ ਦੇ ਆਸ਼ਕ ਬਣ ਕੇ ਜ਼ਿੰਦਗੀ ਨੂੰ ਜਿਉਣਾ ਚਾਹੀਦਾ, ਹੈ ਨਾ। ਅਤੇ ਜੇ ਫਿਲਮ ਦੇ ਗਾਣਿਆਂ ਦੀ ਗੱਲ ਕਰ ਲੈਂਦੇ ਆਪਾਂ ਲਾਸਟ ਦੇ ਵਿੱਚ, ਫਿਲਮ ਦੇ ਗਾਣੇ ਕਿੰਨੇ ਕੁ ਹੋਣਗੇ ਅਤੇ ਤੁਸੀਂ ਕਿਹੜੇ ਗਾਣਾ ਪਲੇ ਗਾ ਰਹੇ ਹੋ, ਤੁਸੀਂ ਆਪ ਵੀ ਗਾਣਾ? ਮੈਂ ਇੱਕ ਗਾਣਾ ਗਾਇਆ ਜੀ, ਅਤੇ ਪਰ ਗਾਣੇ ਕਾਫੀ ਨੇ ਜੀ। ਦੋ ਗਾਣੇ ਸੁਨਿਧੀ ਚੌਹਾਨ ਨੇ ਗਾਏ ਨੇ, ਸੁਨਿਧੀ ਚੌਹਾਨ ਵਾਲਾ ਇੱਕ ਗਾਣਾ ਹੈਪੀ ਰਾਏ ਕੋਟੀ ਨੇ ਵੀ ਉਹਦਾ ਇੱਕ ਵਰਜਨ ਗਾਇਆ। ਅੱਛਾ। ਅਤੇ ਨਛੱਤਰ ਭਾਅ ਜੀ ਨੇ ਗਾਣਾ ਗਾਇਆ, ਅਤੇ ਰਣਜੀਤ ਬਾਵੇ ਦਾ ਗਾਣਾ ਹੈ, ਅਤੇ ਕਾਫੀ ਗਾਣੇ ਨੇ ਜੀ ਕਾਫੀ। ਇੱਕ ਮੁੰਡਾ ਦਵਿੰਦਰ ਹੈ, ਉਹਦਾ ਗੀਤ ਹੈ। ਸੋ ਕਾਫੀ ਗਾਣੇ ਨੇ, 6-7 ਗਾਣੇ ਨੇ ਫਿਲਮ 'ਚ। ਬਿਲਕੁਲ ਬਿਲਕੁਲ। ਗਿੱਪੀ ਜੀ, ਐ ਤਾਂ ਹੋਵੇ ਨਾ ਵੀ ਅਸੀਂ ਇੰਟਰਵਿਊ ਇੱਦਾਂ ਹੀ ਖਤਮ ਕਰਦੇ, ਤੁਹਾਡੇ ਤੋਂ ਕੁਝ ਸੁਣੀਏ ਨਾ। ਅੱਛਾ, ਤੇ ਸੁਣਾ ਦਿਓ। ਮੈਂ ਸੁਣਾ ਦੇਣਾ ਜੀ 2 ਲਾਈਨਾਂ ਮੇਰਾ ਇੱਕ ਗਾਣਾ ਜਿਹੜਾ ਮੇਰਾ ਗਾਇਆ ਹੋਇਆ ਫਿਲਮ ਦੇ ਵਿੱਚ। ਹੋ ਗੋਲੀਆਂ ਪੀਚੋ ਬਾਂਦਰ ਕੀਲਾ ਗੁੱਲੀ ਡੰਡਾ ਬਈ, ਲੁਕਣ ਮਚਾਈ ਖੇਡ ਕੇ ਲੰਘਿਆ ਵੇੜਾ ਚੰਗਾ ਬਈ, ਹੋ ਬੜਾ ਨਜ਼ਾਰਾ ਆਉਂਦਾ ਸੀ ਸੂਏ ਦੀ ਤਾਰੀ ਚੋ, ਹੋ ਬਚਪਨ ਵਰਗੀ ਮੌਜ ਨੀ ਲੱਭਣੀ ਜ਼ਿੰਦਗੀ ਸਾਰੀ ਚੋ, ਹੋ ਬਚਪਨ ਵਰਗੀ ਮੌਜ ਨੀ ਲੱਭਣੀ ਜ਼ਿੰਦਗੀ ਸਾਰੀ ਚੋ। ਸੋ ਥੈਂਕ ਯੂ ਸੋ ਮਚ, ਧੰਨਵਾਦ ਤੁਹਾਡਾ, ਤੁਸੀਂ ਸਾਡੇ ਲਈ ਆਏ, ਸਾਡੇ ਲਈ ਸਮਾਂ ਕੱਢਿਆ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਸੋ 19 ਜੁਲਾਈ ਨੂੰ ਫਿਲਮ ਆ ਰਹੀ ਅਰਦਾਸ ਕਰਾਂ, ਸੋ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਨੂੰ ਜ਼ਰੂਰ ਦੇਖਿਓ। ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪੰਜਾਬੀ ਮੀਡੀਆ। ਸਤਿ ਸ਼੍ਰੀ ਅਕਾਲ।